एबीएन देख रहे समूह दर्शकों को हम लेके आए हैं आदर्श नगर मुलकाना मल्ला, जहां पर अपने वार्ड के अलावा जिस वार्ड में रहने वाली पूजा लुथरा सचदेवा आम आदमी पार्टी की पार्षद ने दूसरे वार्डों का भी लोगों के हितों का भी ध्यान करना शुरू कर दिया गया, इसी के तहत आज उन्होंने मुलकाना मल्ला में सीसीटीवी कैमरे लगवाए, क्योंकि यहाँ के लोग पिछले कई महीनों से परेशान थे। यहाँ लगातार चोरियाँ बढ़ रही थी, लोगों के स्कूटर मोटरसाइकिल भी उठाए जा रहे थे, इसके बावजूद भी पुलिस कोई कार्रवाई नहीं कर रही। इसके बाद कुछ दिन पहले यहाँ पर बाजार में आने जाने वाली औरतों के कानों से वालियाँ भी खींची गई, लेकिन प्रशासन उन चोरों को पकड़ने में नाकाम रहा, जिसके बाद पार्षद आम आदमी की पूजा लुथरा सचदेवा द्वारा अपने खर्चे पर वहां कैमरे लगाए गए। इस पर वहां मौजूद लोगों ने क्या कहा और पूजा लुथरा सचदेवा ने क्या कहा, ये सब जानने के लिए बने रहे हमारे साथ। हाँ जी, की नाम तुहाडा जी? मैं गौरव, आदर्श नगर गली नंबर 3-4 ਦੇ ਵਿਚਕਾਰ ਮੇਰਾ ਘਰ ਆ ਸਾਹਮਣੇ। ਇੱਥੇ ਕੈਮਰੇ ਲੱਗ ਰਹੇ ਨੇ। ਮੈਡਮ, ਪੂਜਾ ਲੁਥਰਾ ਸਚਦੇਵਾ ਜੀ ਦੁਆਰਾ ਲਵਾਏ ਜਾ ਰਹੇ ਨੇ। ਕਿਉਂ ਲਵਾਏ ਜਾ ਰਹੇ ਨੇ ਤੇ ਅਸੀਂ ਸਾਨੂੰ ਕੀ ਲੋੜ ਲੱਗੀ ਸੀ? ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਤੁਹਾਡੇ ਚੈਨਲ ਦੇ ਰਾਹੀਂ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਮਹੱਲੇ ਦੇ ਵਿੱਚ ਲਗਾਤਾਰ ਪਿਛਲੇ 2-3 ਮਹੀਨਿਆਂ ਤੋਂ ਲਗਾਤਾਰ ਚੋਰੀ ਦੀ ਵਾਰਦਾਤ ਹੋ ਰਹੀ ਹੈ। 15 ਦਿਨ ਪਹਿਲੇ ਮੇਰਾ ਇੱਥੋਂ ਬਾਈਕ ਚੋਰੀ ਹੋਇਆ, ਟਾਟਾ 400 ਇੱਥੇ ਨਾਲ ਵਾਲੀ ਗਲੀ ਚ ਚੋਰੀ ਹੋਈ ਹੈ। ਆਹ ਵਾਲੇ ਪੁਆਇੰਟ ਤੋਂ ਵੀ ਲਗਾਤਾਰ ਚੋਰੀਆਂ ਹੋ ਰਹੀਆਂ ਨੇ। ਮੈਂ ਪਿਛਲੇ 2-3 ਮਹੀਨਿਆਂ ਦੀ ਗੱਲ ਕਰਾਂ ਤਾਂ ਇੱਥੋਂ 40-50 ਚੋਰੀ ਦੀਆਂ ਵਾਰਦਾਤਾਂ ਹੋ ਚੁੱਕੀਆਂ। ਕੱਲ ਇੱਕ ਨਵੀਂ ਵਾਰਦਾਤ ਕਿ ਜਦੋਂ ਬਾਈਕ ਚੋਰੀ ਹੋਣੀ ਇੱਥੋਂ ਬੰਦ ਹੋਈ ਤਾਂ ਮੈਂ ਦੇਖਿਆ ਕਿ ਕੱਲ ਇਸ ਚੌਂਕ ਤੋਂ 2 ਨੰਬਰ ਗਲੀ ਦੇ ਚੌਂਕ ਤੋਂ ਇੱਕ ਲੇਡੀ ਘਰ ਦਾ ਕੰਮ ਲੋਕਾਂ ਘਰੇ ਉਹ ਕੰਮ ਕਰਦੀ ਹੈ, ਕੰਮ ਕਰਨ ਤੋਂ ਬਾਅਦ ਉਹ ਘਰੋਂ ਕੰਮ ਕਰਕੇ ਆ ਰਹੀ ਸੀ ਤਾਂ ਬਾਹਰ ਕੋਈ ਸ਼ਰਾਰਤੀ ਤੱਤਵ ਆਏ ਬਾਈਕ ਤੇ ਤੋਂ ਕੰਨ ਦੀ ਵਾਲੀ ਨਾਲੋਂ ਲੈ ਕੇ ਉਸ ਦੀ ਰਿਪੋਰਟ ਉਹਨਾਂ ਨੇ FIR ਦਰਜ ਕਰਾਈ ਹੈ। ਲੇਕਿਨ ਅਸੀਂ ਪਹਿਲੇ ਵੀ ਪ੍ਰਸ਼ਾਸਨ ਨੂੰ ਮਿਲ ਚੁੱਕੇ ਹਾਂ, ਪ੍ਰਸ਼ਾਸਨ ਨੂੰ ਅਸੀਂ ਲਗਾਤਾਰ FIR ਕਰਵਾ ਰਹੇ ਹਾਂ। ਅਸੀਂ ਸਾਰੇ ਪਹਿਲੇ ਮੁਹੱਲਾ ਨਿਵਾਸੀ ਮਿਲ ਕੇ SSP ਸਾਹਿਬ ਨੂੰ ਵੀ ਮਿਲੇ ਸੀ, ਉਹਨਾਂ ਨੇ ਆਪਦੇ ਹਿਸਾਬ ਨਾਲ ਕਾਰਵਾਈ ਕਰਵਾਈ, ਲੇਕਿਨ ਹਜੇ ਤੱਕ ਚੋਰ ਨਹੀਂ ਫੜੇ ਗਏ। ਤਾਂ ਕੱਲ੍ਹ ਇੱਕ ਹੋਰ ਵਾਰਦਾਤ ਹੋ ਗਈ, ਮੈਨੂੰ ਮੈਡਮ ਪੂਜਾ ਲੁਥਰਾ ਸਚਦੇਵਾ ਜੀ ਮਿਲੇ। ਮੈਡਮ ਪੂਜਾ ਲੁਥਰਾ ਸਚਦੇਵਾ ਜੀ ਕੱਲ੍ਹ ਦੁਪਹਿਰ ਨੂੰ ਸਾਡੇ ਕੋਲ ਆਏ ਤਾਂ ਮੇਰੀ ਮੰਮਾ ਨੇ ਵੈਸੇ ਹੀ ਗੱਲ ਕਰਤੀ ਜੀ ਕਿ ਇਸ ਤਰ੍ਹਾਂ ਚੋਰੀ ਦੀਆਂ ਵਾਰਦਾਤਾਂ ਨਹੀਂ ਰੁਕ ਰਹੀਆਂ, ਤਾਂ ਇਹਨਾਂ ਨੇ ਕਿਹਾ ਕਿ ਇਮੀਡੀਏਟਲੀ ਅਸੀਂ ਐਕਸ਼ਨ ਲੈਂਦੇ ਹਾਂ ਇਹਦੇ ਤੇ। ਤਾਂ ਮੈਂ ਅੱਜ ਕਾਲਜ ਡਿਊਟੀ ਤੇ ਸੀ ਤਾਂ ਮੈਨੂੰ ਪਿੱਛੋਂ ਕਾਲ ਆਈ ਕਿ ਆਪਣੇ ਮੁਹੱਲੇ ਦੇ ਵਿੱਚ ਕੈਮਰੇ ਲੱਗ ਰਹੇ। ਮੈਨੂੰ ਬੜੀ ਖੁਸ਼ੀ ਦੀ ਗੱਲ ਹੈ, ਇਹਦੇ ਨਾਲ ਬਹੁਤ ਫਾਇਦਾ ਮਿਲਣ ਵਾਲਾ ਹੈ, ਕਿਉਂਕਿ ਸਾਡੇ ਮੁਹੱਲੇ ਦੇ ਵਿੱਚ ਲਗਾਤਾਰ ਖਾਸ ਕਰਕੇ ਜੋ ਫਾਜ਼ਿਲਕਾ ਦੇ ਵਿੱਚ ਹੀ ਵੈਸੇ ਤਾਂ ਵਾਰਦਾਤਾਂ ਕਾਫੀ ਹੋ ਰਹੀਆਂ ਨੇ, ਲੇਕਿਨ ਖਾਸ ਕਰ ਗੱਲ ਕਰਾਂ ਤਾਂ ਦਰਸ਼ ਨਗਰ ਦੇ ਵਿੱਚ ਲਗਾਤਾਰ ਵਾਰਦਾਤਾਂ ਹੋ ਰਹੀਆਂ ਨੇ। ਤਾਂ ਮੈਂ ਮੈਡਮ ਨੂੰ ਮਿਲਿਆ ਸੀ, ਮੈਡਮ ਕਹਿੰਦੇ ਕਿ ਇਮੀਡੀਏਟਲੀ ਐਕਸ਼ਨ ਲਿਆ ਜਾਵੇਗਾ। ਇਸ ਨਾਲ ਕੀ ਫਾਇਦਾ ਮੈਡਮ, ਮੈਂ ਅੱਗੇ ਵੀ ਮੈਡਮ ਦੀਆਂ ਗਤੀਵਿਧੀਆਂ ਦੇਖਦਾ ਰਹਿਣਾ। ਪਿੱਛੇ ਮੈਡਮ ਨੇ ਅੱਗੇ ਕੈਂਪ ਲਗਵਾਇਆ ਸੀ ਜਿਹਦੇ ਨਾਲ ਜੋ ਲੋਕ ਪੈਸੇ ਦੀ ਵਜ੍ਹਾ ਕਾਰਨ ਆਪਣੀ ਬਿਮਾਰੀ ਦਾ ਸਹੀ ਤਰ੍ਹਾਂ ਇਲਾਜ ਨਹੀਂ ਕਰਵਾ ਪਾਉਂਦੇ, ਉਹਨਾਂ ਵਾਸਤੇ ਇਹਨਾਂ ਨੇ ਕੈਂਪ ਲਗਵਾਇਆ ਸੀ। ਤਾਂ ਉਹ ਕੈਂਪ ਦਾ ਕਾਫੀ ਮੈਂ ਦੇਖਿਆ ਕਿ ਅੱਛੀ ਆਊਟਪੁੱਟ ਆਈ ਹੈ, ਲੋਕਾਂ ਨੇ ਕਾਫੀ ਉਹਦਾ ਫਾਇਦਾ ਲਿਆ, ਆਪਣੀ ਬਿਮਾਰੀਆਂ ਦਾ ਚੈੱਕਅਪ ਕਰਵਾਇਆ, ਔਰ ਕਾਫੀ ਅੱਛੀ ਇੱਕ ਇਨੀਸ਼ੀਏਟਿਵ ਸੀ। ਮੈਂ ਮੈਡਮ ਦੀ ਬਹੁਤ ਇਹ ਸਰਾਹਨੀਆ ਸਟੈਪ ਕਵਾਂਗਾ। ਔਰ ਇਹ ਜੋ ਹੁਣ ਕੈਮਰੇ ਲਵਾਏ ਜਾ ਰਹੇ ਨੇ ਸਾਡੇ ਮੁਹੱਲੇ ਦੇ ਵਿੱਚ ਮੈਡਮ ਪੂਜਾ ਲੁਥਰਾ ਸਚਦੇਵਾ ਜੀ ਵੱਲੋਂ, ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਪੂਰੇ ਮੁਹੱਲੇ ਦੇ ਵਾਸੀ ਇਸ ਕਦਮ ਤੇ ਪੂਰੀ ਸਰਾਹਨਾ ਕਰਦੇ ਹਨ। ਮੈਡਮ ਅੱਗੇ ਵੀ ਇਸ ਤਰ੍ਹਾਂ ਜੁੜੇ ਰਹਿਣ, ਔਰ ਮੈਂ ਸੁਣਦਾ ਰਹਿਣਾ ਲਗਾਤਾਰ ਕਿ ਪਿੱਛੇ ਵੀ ਮੈਂ ਕੱਲ੍ਹ ਇੱਕ ਵੀਡੀਓ ਦੇਖ ਰਿਹਾ ਸੀ, ਉਸ ਦੇ ਵਿੱਚ ਇੱਕ ਲੜਕੀ ਨੈਸ਼ਨਲ ਲੈਵਲ ਤੇ ਕ੍ਰਿਕਟ ਦੇ ਵਿੱਚ ਅੱਗੇ ਜਾਈ ਹੈ। ਤਾਂ ਮੈਡਮ ਧਿਆਨ ਰੱਖਦੇ ਨੇ ਕਿ ਕੌਣ ਖਾਸ ਕਰਕੇ ਜੇ ਨਾਰੀ ਮਤਲਬ ਵੂਮੈਨ ਲੈਵਲ ਤੇ ਦੇਖਿਆ ਜਾਵੇ ਤਾਂ ਮੈਡਮ ਬਹੁਤ ਜਲਦੀ ਐਕਸ਼ਨ ਦੇ ਵਿੱਚ ਆਉਂਦੇ ਨੇ, ਕਿਉਂਕਿ ਮੈਡਮ ਦੀਆਂ ਖੁਦ ਦੀਆਂ 2 ਬੇਟੀਆਂ ਨੇ, ਔਰ ਬੜਾ ਖੁਸ਼ੀ ਫੀਲ ਕਰਦੇ ਨੇ ਕਿ ਕਿਉਂਕਿ ਬੇਟੀਆਂ ਤੇ ਬੇਟੇ ਦੇ ਵਿੱਚ ਸਮਾਜ ਦੇ ਵਿੱਚ ਜਿਹੜੀ ਹਲਕੀ ਜੀ ਅਜੇ ਵੀ ਅਸਮਾਨਤਾ ਹੈ ਉਸਨੂੰ ਇਸ ਬਰਾਬਰ ਤੇ ਲੈ ਕੇ ਆਉਣ ਦੇ ਵਿੱਚ ਮੈਡਮ ਡਟੇ ਹੋਏ ਨੇ। ਔਰ ਮੈਡਮ ਲਗਾਤਾਰ ਉਹ ਕੱਲ ਇੱਕ ਲੜਕੀ ਜੋ ਨੈਸ਼ਨਲ ਲੈਵਲ ਤੇ ਕ੍ਰਿਕਟ ਟੀਮ ਦੇ ਵਿੱਚ ਚੁਣੀ ਗਈ ਹੈ ਉਹਨਾਂ ਨੂੰ ਸਨਮਾਨਿਤ ਕਰਨ ਗਏ ਸੀ, ਮੈਂ ਦੇਖ ਰਿਹਾ ਸੀ ਵੀਡੀਓ, ਬਹੁਤ ਅੱਛੇ ਕੰਮ ਕਰ ਰਹੇ ਨੇ ਅੱਜ ਸਾਡੇ ਇਹ ਜੋ ਮੈਂ ਇਹ ਕੰਮ ਤਾਂ ਮੈਂ ਦੇਖ ਰਿਹਾ ਸੀ ਆਲ ਰਾਊਂਡ ਸ਼ਹਿਰ ਦੇ ਵਿੱਚ ਹੋ ਰਹੇ ਸੀ,
लेकिन अज मैं आपके महल अपनी घर के सामने प्रैक्टिकल हों भी देख रहा। मैं बड़ी खुशी हो रही है। इसे तरह मैडम अगे भी काम करते रहेंगे। मेरिया मैडम बहुत बहुत शुभकामनावां। बहुत बहुत धन्यवाद। ਤੁਹਾਨੂੰ ਇਹ ਸਟੈਪ ਚੱਕਣ ਦੀ ਕੀ ਲੋੜ ਪਈ ਤੇ ਤੁਹਾਨੂੰ ਇਹ ਕਿੱਥੋਂ ਮੋਟੀਵੇਸ਼ਨ ਆਈ ਵੀ ਤੁਸੀਂ ਇਸ ਤਰ੍ਹਾਂ ਦਾ ਕੰਮ? ਮੈਂ ਪਹਿਲੇ ਵੀ ਕਹਿ ਚੁੱਕੀ ਹਾਂ ਕਿ ਜਿਵੇਂ ਚੋਰੀ ਦੀਆਂ ਵਾਰਦਾਤਾਂ ਵੱਧ ਰਹੀਆਂ ਨੇ ਔਰ ਇਨਸਿਕਿਉਰਿਟੀ ਬਹੁਤ ਜ਼ਿਆਦਾ ਫੈਲ ਚੁੱਕੀ ਏ। ਘਰੋਂ ਕਿਸੇ ਵੀ ਲੇਡੀ ਦਾ ਜਾਂ ਕਿਸੇ ਵੀ ਪਰਸਨ ਦਾ ਘਰੋਂ ਨਿਕਲਣਾ ਦੁਬਰ ਹੋ ਚੁੱਕਿਆ ਹੈ। ਆਪਣੇ ਵਹੀਕਲਸ ਨੂੰ ਕੋਈ ਪਰਸਨ ਨਹੀਂ ਰੱਖ ਸਕਦਾ। ਅਗਰ ਰੱਖ ਕੇ ਜਾਂਦਾ ਹੈ ਤਾਂ ਇੱਕ ਮਿੰਟ ਤੋਂ ਬਾਅਦ ਉਹ ਚੋਰੀ ਵੀ ਹੋ ਜਾਂਦੇ ਨੇ। ਇਸ ਤੋਂ ਇਲਾਵਾ ਲੇਡੀਜ਼ ਘਰ ਦੇ ਵਿੱਚ ਦੁਪਹਿਰ ਦੇ ਟਾਈਮ ਤੇ ਮੋਸਟਲੀ ਬਾਹਰ ਹੁੰਦੀਆਂ ਨੇ ਤਾਂ ਉਹ ਲੇਡੀਜ਼ ਦੀ ਸੇਫਟੀ ਵਾਸਤੇ ਔਰ ਇਹਨਾਂ ਚੋਰੀ ਦੀ ਵਾਰਦਾਤ ਨੂੰ ਰੋਕਣ ਵਾਸਤੇ ਲੇਡੀਜ਼ ਗਲੀ ਜਾ ਰਹੀਆਂ ਨੇ, ਵਾਲੀਆਂ ਖਿੱਚੀਆਂ ਜਾ ਰਹੀਆਂ ਨੇ। ਵਾਲੀ ਖਿੱਚਦੀਆਂ ਚਲੋ ਇੱਕ ਅਲੱਗ ਗੱਲ, ਲੇਕਿਨ ਉਹਦੇ ਨਾਲ ਉਹਦੇ ਕੋਈ ਉਹਨੂੰ ਸਰੀਰਕ ਨੁਕਸਾਨ ਪਹੁੰਚ ਸਕਦਾ, ਕੁਛ ਵੀ ਹੋ ਸਕਦਾ। ਤਾਂ ਇਹਨਾਂ ਚੀਜ਼ਾਂ ਨੂੰ ਰੋਕਣ ਵਾਸਤੇ ਜਾਂ ਇਹਨਾਂ ਚੀਜ਼ਾਂ ਤੇ ਇੱਕ ਲਗਾਮ ਲਗਾਉਣ ਵਾਸਤੇ ਮੈਨੂੰ ਇਹੀ ਲੱਗਿਆ ਕਿ ਚੋਰਾਂ ਨੂੰ ਪਕੜ ਕਰਨ ਵਾਸਤੇ ਇਹ ਸੀਸੀਟੀਵੀ ਕੈਮਰਾ ਕਾਫੀ ਹੱਦ ਤੱਕ ਹੈਲਪ ਕਰਨਗੇ ਔਰ ਇਹਦੇ ਨਾਲ ਕੀ ਏ ਕਿ ਸਮਾਜ ਚ ਜਾਗਰੂਕਤਾ ਫੈਲੇਗੀ ਔਰ ਚੋਰ ਵੀ ਚੋਰੀ ਕਰਨ ਤੋਂ ਪਹਿਲੇ ਸੋਚੇਗਾ ਕਿ ਸ਼ਾਇਦ ਮੈਨੂੰ ਵੀ ਸੀਸੀਟੀਵੀ ਕੈਮਰੇ ਥਰੂ ਦੇਖਿਆ ਜਾ ਰਿਹਾ ਔਰ ਇਹਦੇ ਨਾਲ ਚੋਰ ਨੂੰ ਪਕੜਨਾ ਵੀ ਈਜ਼ੀ ਹੋ ਜਾਏਗਾ। ਤੁਸੀਂ ਇਹ ਕੈਮਰੇ ਆਪਦੇ ਵਾਰਡ ਨੂੰ ਛੱਡ ਕੇ ਦੂਸਰੇ ਵਾਰਡ ਚ ਲਾ ਰਹੇ ਹੋ, ਤੁਸੀਂ ਆਪਦੇ ਵਾਰਡ ਚ ਵੀ ਇਸ ਤਰ੍ਹਾਂ ਦੇ ਕੰਮ ਕਰੋਗੇ? ਬਿਲਕੁਲ ਜੀ, ਮੈਂ ਆਪਣੇ ਵਾਰਡ ਚ ਵੀ ਕਰਾਂਗੀ, ਕੈਮਰੇਜ਼ ਦਾ ਕੰਮ ਵੀ ਕਰਾਂਗੀ, ਜੋ ਉੱਥੋਂ ਦੀ ਪ੍ਰਾਥਮਿਕ ਸੁਵਿਧਾਵਾਂ ਨੇ ਉਹ ਵੀ ਪ੍ਰੋਵਾਈਡ ਕਰਵਾਵਾਂਗੀ ਔਰ ਇਸ ਤੋਂ ਇਲਾਵਾ ਬਹੁਤ ਜਲਦ ਮੈਂ ਉੱਥੇ ਪਾਣੀ ਦੀ ਸੁਵਿਧਾ ਵਾਸਤੇ ਵੀ ਕੰਮ ਕਰ ਰਹੀ ਹਾਂ। ABN न्यूज चैनल देखने वाले सभी दर्शकों से हम अपील करते हैं कि ABN न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद, जय भारत।